ਜਾਣਾ ਚਾਹੁੰਦਾ। ਇਹ ਕੁੜੀਆਂ ਪਿੱਛੇ ਲੱਗ ਕੇ ਤੂੰ ਕੀ ਕਰਨ ਜਾ ਰਿਹਾ? ਆ ਤੈਨੂੰ ਉੱਥੇ ਬੈਠ ਕੇ ਸ਼ਾਂਤੀ ਨਾਲ ਗੱਲ ਸਮਝਾਣਾ। ਉਹ ਕੀ ਹੋ ਗਿਆ ਯਾਰ, ਇੱਕ ਸਹੇਲੀ ਛੱਡ ਕੇ ਚਲੀ ਗਈ ਤਾਂ ਮੈਂ ਹੈਗਾ ਨਾ ਹੌਸਲਾ ਦੇਣ ਲਈ। ਚੁੱਪ ਕਰ, ਟੈਂਸ਼ਨ ਨਾ ਲੈ, ਤੇਰੇ ਦਿਲ ਟੁੱਟੇ ਦਾ ਇਲਾਜ ਹੈਗਾ ਮੇਰੇ ਕੋਲ। ਪੈਗ? ਉਹ ਪੈਗ ਨੀ ਯਾਰ। ਤੇ ਫਿਰ ਕੀ? ਬਾਬਾ ਲਵੇਰੀਆ, ਇਹ ਕੌਣ ਹੈ ਸਾਲਾ? ਇੰਜ ਲੱਗਦਾ ਜਿਵੇਂ ਸਾਲੇ ਨੂੰ ਮਲੇਰੀਆ ਹੋਇਆ ਹੋਵੇ। ਉਹ ਕਾਕਾ ਤੈਨੂੰ ਨੀ ਪਤਾ, ਉਹ ਬਾਬੇ ਦਾ, ਉਹ ਬੜੀ ਤਗੜੀ ਹਸਤੀ ਏ, ਉਹ ਤੇਰੇ ਟੁੱਟੇ ਦਿਲ ਨੂੰ ਨਾਲੋ ਨਾਲ ਠੀਕ ਕਰ ਦੇਵੇਗਾ। ਚੱਲ ਮੈਨੂੰ ਲੈ ਜਾ ਉਹਦੇ ਕੋਲ। ਆਓ 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 ਮੇਰੇ ਕੋਲ ਆਓ, ਗਵਾਲੀਆਂ ਦੇ ਘਰਾਂ ਚ ਕਲੇਸ਼ ਪਵਾਓ, ਆਪਦੇ ਮਨ ਨੂੰ ਆਰਾਮ ਦਵਾਓ, ਆਓ ਆਓ ਮੇਰੇ ਕੋਲ ਆਓ। ਬਾਬਾ ਜੀ ਪ੍ਰਣਾਮ। ਬਾਬਾ ਜੀ ਇਹ ਮੇਰਾ ਦੋਸਤ ਏ, ਇਹਦੇ ਤੇ ਮਾਰੋ ਕੋਈ ਮੰਤਰ, ਸਵੇਰ ਦਾ ਰੋ ਰੋ ਕੇ ਬੁਰਾ ਹਾਲ ਕੀਤੀ ਬੈਠਾ। ਆ ਬਾਲਕ ਬੈਠ। ਬੱਚਾ ਭੱਜ ਕੇ ਗਿਆ ਸੀ, ਮੈਂ ਤਾਂ ਮੰਤਰ ਪੜ ਰਿਹਾ ਸੀ। ਆ ਇੱਧਰ ਬੈਠ। ਬੋਲ ਮੰਗਣਾ। ਮੰਗਲ ਬਾਬਾ ਜੀ ਇਹ ਤਾਂ ਜਸ਼ਨ ਏ। ਦੱਸ ਕਾਕਾ ਤੇਰੀ ਕਿਹਦੇ ਨਾਲ ਲੜਾਈ ਏ? ਲੜਾਈ? ਪਰ ਬਾਬਾ ਜੀ ਨੇ ਤਾਂ ਕੁੜੀ ਛੱਡ ਕੇ ਗਈ ਏ। ਦੱਸ ਬਾਲਕ ਤੈਨੂੰ ਕਿਉਂ ਕੁੜੀ ਛੱਡ ਕੇ ਗਈ ਏ? ਬਾਬਾ ਜੀ ਮੈਂ ਉਹਦੇ ਲਈ ਕੀ ਨਹੀਂ ਕੀਤਾ। ਉਹਨੂੰ ਮੈਂ ਆਪਣਾ ਫੋਨ ਵੇਚ ਕੇ 4000 ਦਾ ਸੂਟ ਲੈ ਕੇ ਦਿੱਤਾ, ਹੁਣ ਤਾਂ ਮੇਰਾ 2000 ਦਾ ਵਿਕਿਆ, ਤਾਂ ਮੈਂ ਆਪਣੇ ਪਿਓ ਦਾ ਵੀ ਫੋਨ ਵੇਚ ਦਿੱਤਾ। ਮੈਨੂੰ ਪਤਾ ਮੇਰੇ ਪਿਓ ਨੇ ਉਸ ਦਿਨ ਮੈਨੂੰ ਘਰੋਂ ਕਿਵੇਂ ਕੱਢਿਆ। ਉਹਨੂੰ ਮੈਂ 250 ਦਾ ਰੀਚਾਰਜ ਕਰਾ ਕੇ ਦਿੰਦਾ ਰਿਹਾ ਤੇ ਉਹਨੇ ਮੇਰਾ ਇਹ ਮੁੱਲ ਪਾਇਆ। ਦੱਸੋ ਬਾਬਾ ਜੀ ਉਹਨੇ ਮੇਰਾ ਇਹ ਮੁੱਲ ਪਾਇਆ। ਦੱਸੋ ਬਾਬਾ ਜੀ ਉਹਨੇ ਮੇਰਾ ਇਹ ਮੁੱਲ ਪਾਇਆ। ਦੱਸੋ। ਬਸ ਯਾਰ ਛੱਡ ਦੇ। ਮੋ ਬਾਲਕ ਤੈਨੂੰ ਕੀ ਕਸ਼ਟ ਏ? ਸਮਝ ਬਾਲਕ ਤੇਰਾ ਕੀ ਕਸ਼ਟ? ਬਾਬਾ ਜੀ ਮੇਰਾ ਹੱਲ ਕਰੋ, ਮੈਂ ਨੀ ਉਹਦੇ ਬਿਨਾਂ ਰਹਿ ਸਕਦਾ। ਚੱਲ ਬਾਲਕ ਮੈਂ ਤੈਨੂੰ ਗੁਰੂ ਮੰਤਰ ਦੇਣਾ। ਮੇਰੇ ਪਿੱਛੇ ਪਿੱਛੇ ਬੋਲ। ਉਹ ਬਾਬਾ ਜੀ ਇੱਕ ਮਿੰਟ ਗੱਲ। ਬਾਬਾ ਜੀ ਇਹਨੂੰ ਕੋਈ ਗਰੰਟੀ ਵਾਲੇ ਮੰਤਰ ਦੇਵਿਆ ਕਿ ਉਹਨੂੰ ਇਹਦੀ ਯਾਦ ਨਾ ਆਵੇ। ਚਿੰਤਾ ਕਰ ਬਾਲਕ, ਦੇਖੀ ਮੈਂ ਕਿਵੇਂ ਠੀਕ ਕਰਦਾ। ਤਾਂ ਤੂੰ ਮੈਂ ਮਗਰ ਬੋਲ ਕਿਵੇਂ ਉਹਨੂੰ ਭੁੱਲ ਚੁੱਕਾ ਹਾਂ। ਭੁੱਲ ਹੀ ਨਹੀਂ ਪਾ ਰਿਹਾ ਬਾਬਾ ਜੀ, ਮੈਂ ਉਹਦੇ ਬਿਨਾਂ ਮਰ ਜਾਂਗਾ ਬਾਬਾ ਜੀ, ਮੈਂ ਉਹਦੇ ਬਿਨਾਂ ਨਹੀਂ। ਠੀਕ ਹੈ ਬਾਬਾ ਜੀ, ਓਕੇ। ਕੌਣੇ? ਆਈ ਡੋਂਟ ਨੋ। ਖਾਸ ਤੂੰ ਲੈ ਹੋਏ ਠੀਕ ਹੈ, ਦੇਖਰ ਤਾਂ ਕਰੇ ਫਿਰ ਲਾਈ ਮੇਰੇ। ਧੰਨਵਾਦ ਬਾਬਾ ਜੀ।